ਜਿੰਨੇ ਮੇਰੇ ਯਾਰ ਛੱਡ ਸਾਰੇ ਘਰ ਬਾਰ ਬੈਠੇ ਬਾਰਡਰਾਂ ਤੇ ਬਣ ਕੇ ਜੋ ਫੌਜੀ ਨੇ ਉਹ ਲੱਗੇ ਮੌਤ ਦਾ ਫਿਕਰ ਨਾ ਹੀ ਕਰਦੇ ਜ਼ਿਕਰ ਉਂਝ ਦਿਸਦੇ ਬੜੇ ਹੀ ਮਨ ਮੋਜੀ ਨੇ ਉੱਥੇ ਇੱਕ ਤਾਂ ਗੋਲੀ ਮੂਹਰੇ ਪੈਂਦਾ ਖੜਨਾ ਉਹ ਵੀ ਕੰਮ ਨਹੀਂ ਉੱਥੇ ਕੋਈ ਸੌਖਾ ਮਿੱਤਰੋ ਉਹ ਫੌਜੀ ਆਖ ਕੇ ਬਲਾਉਣਾ ਕਰ ਲਈ ਆਮ ਲੱਗਦੀ ਪਰ ਬਣਨਾ ਫੌਜੀ ਇਹ ਬੜਾ ਔਖਾ ਮਿੱਤਰੋ ਛੱਡ ਘਰ ਵਿੱਚ ਰਨ ਲਾ ਕੇ ਮੋਢੇ ਨਾਲ ਗੰਨ ਰਾਖੀ ਕਰਦੇ ਨੇ ਜਿਹੜੇ ਸਰਹੱਦਾਂ ਤੇ ਨਾ ਹੀ ਗਰਮੀ ਚ ਏਸੀ ਨਾ ਹੀ ਠੰਡ ਵਿੱਚ ਖੇਸੀ ਉੱਤੋਂ ਕੱਟਦੇ ਨੇ ਰਾਤਾਂ ਖੜ ਲੱਤਾਂ ਤੇ ਸਭ ਆਉਂਦੀਆਂ ਨੇ ਯਾਦ ਉੱਥੇ ਯਾਰੀਆਂ ਪਰ ਮਿਲਦਾ ਨੀ ਛੁੱਟੀ ਵਾਲਾ ਮੌਕਾ ਮਿੱਤਰੋ ਉਹ ਫੌਜੀ ਆਖ ਕੇ ਬਲਾਉਣਾ ਗੱਲ ਆਮ ਲੱਗਦੀ ਪਰ ਬਣਨਾ ਫੌਜੀ ਇਹ ਬੜਾ ਔਖਾ ਮਿੱਤਰੋ ਸਭ ਵੇਖਦੇ ਸਹੂਲਤਾਂ ਨੇ ਕਿੰਨੀਆਂ ਮਾਹੌਲਤਾਂ ਨੇ ਕੋਈ ਵੇਖਦਾ ਨੀ ਉਹਨਾਂ ਦੇ ਹਾਲਾਤਾਂ ਨੂੰ ਉਹ ਜੰਗ ਵਾਲੇ ਮੌਕੇ ਕਈ ਛੱਡ ਜਾਂਦੇ ਰੋਕੇ ਕਈ ਛੱਡ ਜਾਂਦੇ ਭੈਣਾਂ ਦੀ ਬਰਾਤਾਂ ਨੂੰ ਉਦੋਂ ਹੁੰਦਾ ਨੀ ਯਕੀਨ ਖੁਦ ਸਾਹਾਂ ਦੇ ਉੱਤੇ ਖੋਰੇ ਕਿਹੜੇ ਵੇਲੇ ਦੇ ਜਾਣ ਧੋਖਾ ਮਿੱਤਰੋ ਉਹ ਫੌਜੀ ਆਖ ਕੇ ਬਲਾਉਣਾ ਗੱਲ ਆਮ ਲੱਗਦੀ ਪਰ ਬਣਨਾ ਫੌਜੀ ਇਹ ਬੜਾ ਔਖਾ ਮਿੱਤਰੋ ਵੇਖ ਵੈਰੀਆਂ ਦੀ ਕੰਧ ਕਰ ਅੱਖੀਆਂ ਨੂੰ ਬੰਦ ਪਹਿਲਾਂ ਰੱਬ ਦਾ ਵੀ ਨਾਮ ਉੱਤੇ ਆਉਂਦੇ ਨੇ ਕਰ ਨਜ਼ਰਾਂ ਨੂੰ ਤੇਜ ਪਰ ਨੋਂਦਾ ਨਾਲ ਗੇਜ ਫਿਰ ਵੈਰੀਆਂ ਦੇ ਛੱਕੇ ਵੀ ਛਡਾਉਂਦੇ ਨੇ ਉਹ ਕੁਲਜੀਤ ਮਾਨ ਮੈਨੂੰ ਫੌਜੀ ਵੀਰਾਂ ਤੇ ਆਉਣਾ ਵੀਰਾਂ ਤੇ ਜੰਗ ਜਿੱਤ ਕੇ ਤੇ ਜੜਦੇ ਨੇ ਕੋਕਾ ਮਿੱਤਰੋ ਉਹ ਫੌਜੀ ਆਖ ਕੇ ਬਲਾਉਣਾ ਗੱਲ ਆਮ ਲੱਗਦੀ ਪਰ ਬਣਨਾ ਫੌਜੀ ਇਹ ਬੜਾ ਔਖਾ ਮਿੱਤਰੋ ਹੈਟਸੋਫ ਨਾਲ ਦਿਨੋਂ ਧੰਨਵਾਦ ਉਹਨਾਂ ਫੌਜੀ ਵੀਰਾਂ ਦਾ ਜਿਹੜੇ ਬਾਰਡਰਾਂ ਦੇ ਉੱਤੇ ਖੜ ਕੇ ਸਾਡੀ ਰੱਖਿਆ ਕਰਨ ਦੇ ਹੈ ਤੇ ਆਪਾਂ ਵੇਖੋ ਆਪਣੇ ਦੇਸ਼ ਦੇ ਵਿੱਚ ਆਜ਼ਾਦੀ ਨਾਲ ਘੁੰਮ ਰਹੇ ਹਾਂ। ਥੈਂਕ ਯੂ ਜੀ।